ਸੋ ਗੁਰਦਿਆਲ ਜੀ ਹਾਂਜੀ ਬੇ ਜਿੱਦਾਂ ਭਰਾ ਨੇ ਦੱਸਿਆ ਪਰਮਵੀਰ ਨੇ ਕਿ ਵੋਟਾਂ ਦੇ ਵਿੱਚ ਜਿੱਦਾਂ ਚਲੋ ਹਾਰ ਜਿੱਤ ਤਾਂ ਇੱਕ ਸਮਾਨ ਹੈ ਵੀ ਜਦੋਂ ਆਪਣੀ ਗੱਲ ਪਹੁੰਚ ਰਹੀ ਹੈ ਮੈਂ ਉਹਦੀ ਗੱਲ ਦੀ ਸ਼ਲਾਘਾ ਕਰਦਾ ਵੀ ਇਹਨਾਂ ਨੇ ਹਿੱਸਾ ਲਿਆ ਤੇ ਜਿਹੜੀ ਗੱਲ 12 ਵਜੇ ਉੱਠਣ ਦੀ ਆ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀ ਕੁੜੀ ਕੈਂਡੀਡੇਟ ਖੜੀਆਂ ਸੀਗੀਆਂ ਜਾਂ ਕੁੜੀਆਂ ਜਿੱਦਾਂ ਉਹਨਾਂ ਦੀ ਸਹਾਇਤਾ ਕਰਦਾ ਰਹਿ ਗਿਆ ਭਰਾ ਮੇਰਾ ਮੈਂ ਤੁਹਾਨੂੰ ਦੱਸਦਾ ਜੀ ਇਹ ਬੰਦਾ ਥੋੜਾ ਸ਼ੁਗਲੀ ਆ ਵੀ ਕਹਿ ਲਓ ਕੁੜੀਆਂ ਕੈਂਡੀਆਂ ਦੇ ਮਾਮਲੇ ਸੈਂਸਿਟਿਵ ਆ ਥੋੜਾ ਕਹਿ ਲਓ ਅੱਛਾ ਸੈਂਸਿਟਿਵ ਹੈਗੇ ਕਿ ਪੂਰਾ ਸੈਂਸਿਟਿਵ ਹੈ ਠੀਕ ਆ ਠੀਕ ਹੈ ਗੱਲ ਹੁੰਦੀ ਸੀ ਆਉਂਦਾ ਤਾਂ ਟਾਈਮ ਨਾਲ ਹੀ ਸੀ ਤਾਂ ਇੱਥੇ ਗੱਪ ਮਾਰੀ ਜਾਂਦਾ ਹਾਂਜੀ ਤੇ ਇਹਨੇ ਕੁੜੀਆਂ ਦੀ ਆਪ ਮਦਦ ਕੀਤੀ ਇਹ ਵੋਟ ਮੰਗਦਾ ਜਾਂਦਾ ਸੀਗਾ ਆ ਆਪਦੀ ਵੋਟ ਤਾਂ ਮੰਗਦਾ ਨੀ ਸੀ ਕੁੜੀ ਉਹਨਾਂ ਲੋਕਾਂ ਨੂੰ ਕਹਿੰਦਾ ਵੀ ਆਹ ਕੁੜੀ ਖੜੀ ਹੈ ਜੀ ਇਹਨੂੰ ਜ਼ਰੂਰ ਵੋਟ ਪਾਇਓ ਇਹ ਕੁੜੀ ਨੇ ਵੋਟਾਂ ਮੰਗਦਾ ਰਿਹਾ ਜੀ ਇਹਨੇ ਏਦਾਂ ਵੀ ਹੁੰਦਾ ਆਪਸ਼ਨ ਆਪਣੇ ਹੁੰਦੀ ਆ ਵੀ ਤੁਸੀਂ ਦੋ ਬੰਦਿਆਂ ਨੂੰ ਵੋਟ ਪਾ ਸਕਦੇ ਹੋ ਇਹਨਾਂ ਦੀ ਸੀਟ ਤੇ ਐਵੇਂ ਸੀਗਾ ਤਿੰਨ ਜਣਿਆਂ ਨੂੰ ਵੋਟ ਕਰ ਸਕਦੇ ਸੀ ਤਾਂ ਪਹਿਲੇ ਦੋ ਨੰਬਰ ਤੇ ਕੁੜੀਆਂ ਕਿ ਤੀਜੇ ਨੰਬਰ ਤੇ ਆ ਫਿਰ ਇਹ ਹੋ ਸਕਦਾ ਨਾ ਵੀ ਜਿਵੇਂ ਵੀਰ ਕਿਸੇ ਮੇਰੇ ਵਰਗੇ ਕੋਲ ਆਇਆ ਤਾਂ ਕਹਿਤਾ ਵੀ ਮੈਨੂੰ ਵੀ ਵੋਟ ਪਾਉਣੀ ਨਾਲ ਹੀ ਤੁਸੀਂ ਉਹਨੂੰ ਵੀ ਪਾਉਣੀ ਹੈ ਜਿੱਦਾਂ ਮੰਨ ਲਓ ਹੁਣ ਤੁਸੀਂ ਆਪਣੇ ਮਿੱਤਰ ਹੋ ਇਹ ਤੁਹਾਡੇ ਕੋਲ ਆਇਆ ਇਹਨੇ ਤੁਹਾਨੂੰ ਆਪ ਦਾ ਵੀ ਤਾਂ ਕਿਹਾ ਹੋਣਾ ਤੇ ਕੁੜੀ ਦਾ ਜ਼ਰੂਰ ਕਿਹਾ ਹੋਣਾ ਇੱਥੇ ਰਹਿ ਗਿਆ ਮਾਮਲਾ ਕਿੱਥੇ ਰੜੀਏ ਵੀ ਕਹਿੰਦਾ ਕੁੜੀ ਨੂੰ ਆਪਾਂ ਨਾਲ ਰੱਖਣਾ ਜੀ ਇਹ ਫਿਊਚਰ ਪਲੈਨਿੰਗ ਜ਼ਰਾ ਦੇਖਦਾ ਜੀ ਗੱਲ ਹੋਰ ਨਹੀਂ ਠੀਕ ਆ ਆਪਾਂ ਮੇਰੇ ਸਹੀ ਕਹਿ ਰਿਹਾ ਭਰਾ ਮੇਰਾ ਕਿ ਨਹੀਂ ਦੋਸਤ ਵੀ ਹੁੰਦੇ ਨੇ ਜੇ ਹੁਣ ਮੈਂ ਵੋਟਾਂ 'ਚ ਖੜਾ ਹੋਵਾਂ ਮੈਂ ਤਾਂ ਕਦੀ ਨਾ ਕਵਾਂ ਵੀ ਪੰਮੇ ਵੀਰ ਨੂੰ ਵੀ ਵੋਟ ਪਾਓ ਤੇ ਮੈਨੂੰ ਵੀ ਵੋਟ ਪਾਓ ਕਿਉਂਕਿ ਮੈਂ ਤਾਂ ਜਿੱਤਣਾ ਹੀ ਆ ਤੇ ਫਿਰ ਇਹ ਤੁਹਾਨੂੰ ਲੱਗਦਾ ਕਮੀ ਰਹਿ ਗਈ ਵੋਟਾਂ ਕਰਕੇ ਵੀ ਕਿਹਦਾ ਕਸੂਰ ਰਹਿ ਗਿਆ ਜਾਂ ਕੁਛ ਚਲੋ ਜੀ ਆਪਣੀ ਵੀ ਥੋੜੀ ਗਲਤੀ ਹੋ ਜਾਂਦੀ ਆ ਕਿਵੇਂ ਹੁਣ ਗਲਤੀ ਮੰਨਦੇ ਹੋ ਇਹਨੂੰ ਆ ਮੰਨਦਾ ਕਿਤੇ ਮੈਂ ਹਾਰ ਵੀ ਸਕਦਾ ਐ ਕੁੜੀਏ ਜੇ ਤੂੰ ਦੇਖਦੀ ਆ ਤੇ ਗਲਤੀ ਕਰ ਬੈਠਾ ਭਰਾ ਮੇਰਾ